ਸੀਟੀ ਉਹ ਤਾਂ ਟੱਕਣ ਦਾ ਦੋ ਫੇਰ ਸੀਟੀ ਮਾਰੂ ਕਾ ਇਦਾਂ ਹੀ ਮਾਰ ਦੇਦਾ ਸੀਟਾ ਮਾਰੂ ਮੌਸਮ ਵੀ ਖਰਾਬ ਆ ਰੱਬਾ ਮੀਂਹ ਨਾ ਪਾਈ ਹੱਥ ਬੰਨ ਕੇ ਬੇਨਦੇ ਸਾਡੇ ਤਾਂ ਚਾਦਰਾਂ ਵੀ ਚੋਂਦੀਆਂ ਨੇ ਮੈਂ ਬਲੌਗ ਦੇਖ ਲਈ ਬਈ ਮਾਤੀ ਬਲੌਗ ਦੇਖਣ ਲੱਗੀ ਪਈ ਹੈ ਸਾਡੀ ਲੋ ਜੀ ਹੁਣ ਅਸੀਂ ਗ੍ਰੈਂਡ ਕਰ ਰਹੇ ਹਾਂ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ ਬਿਮਾਰੀ ਜੀ ਘਰ ਚ ਕਿਸੇ ਦੇ ਤਾਂ ਨਾ ਹੀ ਬੜੇ ਇੱਕ ਪਿਆ ਜੀ ਅਸੀਂ ਦਾ 45 ਕਿਲੋ ਖਾ ਗਏ ਹੋਰ ਕਣਕ ਕਿਹੜੀ ਸੀ 50 ਕਿਲੋ ਇਹਦੀ ਸ਼ਿਕਾਇਤ ਹੀ ਨਹੀਂ ਕਰਦਾ ਵੀ ਤੇ ਮੰਮੀ ਦੋਨੇ ਨਹੀਂ ਚੱਲੇ ਮੱਥਾ ਟੇਕਣ ਜਿਹੜੇ ਅਸੀਂ ਰਾਤੀ ਗੁਲਗੁਲੇ ਲਾਏ ਸੀ ਮੱਥਾ ਟੇਕੇ ਹੁਣ ਅਸੀਂ ਆ ਗਏ ਆ ਘਰ ਸਾਡੀ ਵੀ ਉੱਠ ਗਈ ਇਹੀ ਕਰੀ ਹੈ ਬੂਬਾ ਸਾਹਿਬ ਕਰੀ ਹੈ ਮੂੰਹ ਸਾਫ ਕਰੀ ਹੋ ਕੀ ਹੋਇਆ ਸਿਨ ਕੀ ਸਿਰ ਕਰਨਾ ਟੀਵੀ ਦੇਖਣਾ ਆਪਾਂ ਮੱਥਾ ਟੇਕ ਕੇ ਆਏ ਸੀ ਲੈ ਕਹਿੰਦੀ ਮੈਨੂੰ ਟੀਵੀ ਲਾ ਕੇ ਦਿਓ ਸਵੇਰੇ ਸਵੇਰੇ ਕਰਾ ਪਹਿਲਾਂ ਪਹਿਲਾਂ ਸਿਰ ਵਾ ਤੇ ਹੁਣ ਖਾਣ ਲੱਗੇ ਅਸੀਂ ਪ੍ਰਸ਼ਾਦ ਗੁਲਗੁਲਿਆਂ ਦਾ ਇਹਨੂੰ ਟੀਵੀ ਦੇਖਣਾ ਕਹਿੰਦੀ ਪਹਿਲਾਂ ਟੀਵੀ ਲਾ ਕੇ ਦਿਓ ਮੈਨੂੰ ਉੱਠੀ ਮਗਰੋਂ ਆ ਓ ਜੀ ਸੱਗੂ ਸਾਡੀ ਮੋਟਰਸਾਈਕਲ ਚਲਾਉਣ ਲੱਗ ਗਈ ਆ ਹੁਣ ਡੰਡਾ ਨਹੀਂ ਲਾਦਾ ਹੈ ਡੰਡਾ ਨਹੀਂ ਲਾਦਾ ਸੱਗੂ ਮੈਡਮ ਦੇਖੋ ਮਿੰਟ ਲਾਉਂਦੀ ਹੈ ਚੜ੍ਹਨ ਮੋਟਰਸਾਈਕਲ ਚਾਬੀ ਵੀ ਘੁਮਾਰੇ ਸੱਗੂ ਚਾਬੀ ਵੀ ਚਾਬੀ ਵੀ ਘੁਮਾਰੇ ਕੀ ਹੋ ਗਿਆ ਸੀ ਕਿੱਟੂ ਕੀ ਹੋ ਗਿਆ ਸੀ ਕੀ ਹੋਇਆ ਸੀ ਕੀ ਹੋਇਆ ਦੇਖੋ ਤਾਂ ਲੱਗੇ ਆ ਪੱਠੇ ਲਓ ਜੀ ਮਾਮੀ ਬਣਾਉਣ ਲੱਗੀ ਆ ਕੜੀ ਅੱਜ ਖਾਵਾਂਗੇ ਆਪਾਂ ਕੜੀ ਹਾਂ ਕੀ ਤੂੰ ਕਿੱਦਾਂ ਕਿੱਦਾਂ ਕਹਿੰਦੇ ਕੀ ਤੂੰ ਡਾਂਸ ਬਹੁਤ ਸੋਹਣਾ ਕਰਦੀ ਆ ਇਹਨਾਂ ਤੋਂ ਪਤਾ ਨੀ ਕਿਉਂ ਡਰਦੀ ਇਹਨਾਂ ਨੂੰ ਦੇਖ ਕੇ ਤਾਂ ਗੈਪ ਹੋ ਜਾਂਦੀ ਮਿੰਟ 'ਚ ਡਾਂਸ ਕਰਕੇ ਦਿਖਾ ਡਾਂਸ ਕਰਦੇ ਬਹਿ ਕੇ ਖੜੀ ਗਾ ਹੋ ਕੇ ਕਰ ਬਹਿ ਕੇ ਨਹੀਂ ਲੱਕ ਤੇ ਹੱਥ ਰੱਖ ਕੇ ਹਾਂ ਠੁੰਕਾ ਮਾਰਦੇ ਹੁਣ ਓਹੋ ਠੁੰਕਾ ਲਾ ਫੇਰ ਬਹਿ ਗਈ ਹਾਂ ਦੀਦੀ ਕਿੱਥੇ ਆ ਦੀਦੀ ਕਿੱਥੇ ਆ ਤੇਰੀ ਹਾਮੂ ਕਿੱਥੇ ਆ ਹਾਮੂ ਹਾਮੂ ਹੈਗਾ ਹਾਮੂ ਹਾਮੂ ਕੌਣ ਆ ਆਪਣੇ ਮਸਤੀ ਚ ਲੱਗੀ ਪਈ ਪਹਿਲਾਂ ਆ ਪਹਿਲਾਂ ਮੈਨੂੰ ਆ ਜਾ ਆ ਜਾ ਪਹਿਲਾਂ ਆ ਹੁਣ ਲਗਾ ਠੂੰ ਕੇ ਪਹਿਲਾਂ ਲੈ ਦੌੜ ਗਈ ਦੌੜ ਗਈ ਆ ਲੈ ਫੜ ਪਾ ਲਾ ਤੇਰੇ ਆਉਣੀਆਂ ਨੀ ਵੱਡੀਆਂ ਵੱਡੀਆਂ ਫਿਰ ਤਾਂ ਸਾਡੀ ਮਾਸੀ ਕੀ ਕਰ ਰਹੇ ਹੋ ਮੈਂ ਬਲੌਗ ਦੇਖ ਰਹੀ ਹਾਂ ਮਾਸੀ ਬਲੌਗ ਦੇਖਣ ਲੱਗੀ ਪਈ ਹੈ ਸਾਡੀ ਕਿਹੜੇ ਵਾਲਾ ਬਹੁਤ ਪੁਰਾਣਾ ਇੱਕ ਗੱਲ ਤਾਂ ਹੈਗੀ ਬਾਹਰੋਂ ਦੇਖੇ ਨਾ ਦੇਖ ਕਿਉਂਕਿ ਆਪਣੇ ਵਾਲੇ ਤਾਂ ਜ਼ਰੂਰ ਦੇ ਦੇਣੇ ਬਲੌਗ ਤੈਨੂੰ ਵਧੀਆ ਲੱਗਦੇ ਨੇ ਮਾਸੀ ਬਲੌਗ ਮਾਸੀ ਕਹਿੰਦੀ ਘਰ ਮੈਂ ਰੋਜ਼ ਦੇਦੀ ਹੈ ਵਧੀਆ ਲੱਗਦੇ ਨੇ ਲੈ ਹੋਰ ਉਹ ਸੁਣਦਾ ਤਾਂ ਹੈ ਨਹੀਂ ਬਲੌਗ ਡ੍ਰਿਪ ਲੱਗੀ ਪਈ ਅੱਜ ਦੂਸਰੀ ਬੋਤਲ ਵਧੀਆ ਉਹਦਾ ਨੂੰ ਡੀਐਨਐਸ ਨਹੀਂ ਫਰਕ ਪਿਆ ਨਾ ਉਹ ਦੇਖੋ ਡਾਂਸ ਕਰਦੀ ਚੋਰੀ ਚੋਰੀ ਜਦੋਂ ਦਿਲ ਕਰਦਾ ਉਹ ਝੂਟੇ ਲੈਣ ਲੱਗ ਚੂੜੀਆਂ ਤਾਂ ਦੇ ਦੇ ਚੂੜੀਆਂ ਦੇ ਦੇ ਲਓ ਜੀ ਸੋਟੀ ਦੀ ਹਿੱਲ ਗਈ ਦੀ ਸੂਈ ਤੇ ਬੋਤਲ ਆਪਾਂ ਨੂੰ ਵਿੱਚ ਵਿਚਾਲੇ ਰੋਕਣੀ ਪਈ
ਹੁਣ ਇਹਦੇ ਲਾਵਾਂਗੇ ਦੂਸਰੀ ਚਿੱਤਰੀ ਵਾਲੀ ਸੂਈ, ਕਿਉਂਕਿ ਜਿਹੜੀ ਦੂਸਰੀ ਕੈਨੂ ਨਾਲ ਲਾਇਆ ਸੀ ਉਹ ਇਹਨੇ ਹਿਲਾ ਲਿਆ, ਸੂਈ ਬਾਹਰ ਨਿਕਲ ਗਈ, ਇਹਦੇ ਨਾੜਾਂ ਹੀ ਬਹੁਤ ਘੱਟ ਨੇ, ਲਾਉਣੀ ਔਖੀ ਆ। ਹਾਂਜੀ ਹਦਵਾਣਾ ਇਹਦੇ ਵਾਸਤੇ ਲਿਆਂਦਾ ਸੀ, ਇਹਨੇ ਖਾਧਾ ਨੀ, ਇਹਨੂੰ ਸਾਡੇ ਇੱਧਰ ਤਰਬੂਜ ਹੀ ਕਹਿੰਦੇ ਆ, ਇਹ ਉੱਧਰ ਹਦਵਾਣਾ ਕਹਿੰਦੇ ਆ। ਦੱਸ ਰਹੀ ਆ ਕਹਿੰਦੀ ਉਹ ਪਈ ਆ ਕੌਲੀ। ਹਾਂ ਨੱਚਦੀ ਆ ਪੂਰੀ ਹਦਵਾਣਾ ਤਾਂ ਅਸੀਂ ਖਾ ਲਿਆ ਸੀ, ਹੁਣ ਕੀਤੀ ਦੇਖੋ ਡਾਂਸ ਕਰਨ ਲੱਗੀ ਪਈ ਆ। ਹਦਵਾਣਾ ਖਾ ਕੇ ਆਪਾਂ ਸਾਰਿਆਂ ਨੇ ਅੰਦਰ ਆ ਗਏ ਸੀ, ਕਿਉਂਕਿ ਬਾਹਰ ਮੱਛਰ ਬਹੁਤ ਹੈ। ਹੁਣ ਮੈਡੀਸਨ ਦਾ ਟਾਈਮ ਹੋ ਗਿਆ, ਇਹਨਾਂ ਨੂੰ ਤਾਂ ਦੇ ਦਿੱਤੀ ਆ, ਖਾਓ ਚਲੋ ਹੁਣ ਵੀ ਦੇ ਦਿੱਤੀ, ਤੁਸੀਂ ਤਾਂ ਖਾਈ ਲੈਣੀ ਆ, ਲਓ ਜੀ ਇਹਨਾਂ ਨੇ ਤਾਂ ਖਾ ਲਈ, ਹੁਣ ਮੈਂ ਛੋਟੀ ਨੂੰ ਵੀ ਖਵਾ ਦਾ। ਲੈ ਹੁਣ ਓਏ ਦਵਾਈ ਲੈ, ਚੱਲ ਹੋ ਬੈਠੀ, ਚੱਲ ਵੀ ਉੱਧਰ ਪੈ ਜਾ, ਤੇਰੀ ਭਾਬੀ ਕਹਿੰਦੀ ਅੰਦਰ ਏ ਸੀ, ਚੱਲ ਹੈਂ ਉੱਥੇ ਨੀਂਦ ਆਜੂਗੀ। ਲੈ ਮੱਛਰ ਨਹੀਂ ਲੜਦਾ ਇੱਧਰ, ਤਾਂ ਮੱਛਰ ਬਹੁਤ ਆ, ਹੋਰ ਨਾਲ ਕਿਤੇ ਸੈੱਲ ਘੱਟ ਜਾਣ ਫਿਰ ਜ਼ਿਆਦਾ ਚੱਕਰ ਪਊਗਾ, ਪਹਿਲੀ ਟਾਈਫਾਇਡ ਫੀਵਰ ਆ ਗਿਆ ਤੈਨੂੰ ਕਿੱਥੇ। ਉਹ ਇੱਥੇ ਦਾ ਉਹਦਾ ਮੱਛਰ ਵੀ ਉਰੇ ਵੀ ਬਹੁਤ ਆ, ਭਰਾਂਡੇ 'ਚ ਇੱਧਰ ਮੱਛਰ ਬਹੁਤ ਆ, ਰਿਪੋਰਟ 'ਚ ਵੀ ਟਾਈਫਾਇਡ ਫੀਵਰ ਆਇਆ ਇਹਨੂੰ। ਡੈਡੀ ਚਮ ਚੱਲੀ ਆ ਖੜ, ਹੱਥ ਚਿੱਕ ਇਹਦੇ ਵਿੱਚ ਖੜ, ਸਿੱਧਾ ਰੱਖਣਾ ਚਮ ਚਾ ਨਾ ਪੀ ਪਾਣ, ਇਹਦੇ ਨਾਲ ਤੇਰੇ ਸਰੀਰ ਨੂੰ ਤਾਕਤ ਲਾ, ਲੇਵਰ ਨੂੰ ਤਾਂ ਪਾਈ ਯਾਰ, ਤੂੰ ਬਾਹਰ ਡੋਲ ਦਿੰਦੀ ਆ, ਇੱਕ ਹੋਰ ਦੇਣਾ, ਹਾਲੇ ਦੋ ਹੀ ਹੋਏ ਨੇ ਨਾ, ਨਾ ਤਿੰਨ ਚਮਚੇ, ਤਿੰਨ ਦੋ ਹੀ ਲੈਂਦੀ ਆ ਰੋਜ਼, ਤਿੰਨ ਚਮਚੇ ਡੈਡੀ ਮੈਂ ਉੱਦਾਂ ਦੀ ਕਹੀ ਨਾ, ਤਿੰਨ ਚਮਚੇ ਦੇ ਨਹੀਂ ਆਉਂਦੀ, ਉਲਟੀ ਆਏ ਕਿਵੇਂ ਉਲਟੀ ਆਊਗੀ, ਪੀ ਪੀ ਇੰਨਾ ਕਿੰਨਾ ਕੁ ਪਾਣੀ ਪੀਣੀ ਆ ਤੂੰ, ਬੋਤਲ ਉਹ ਅੱਧੀ ਰਹਿ ਗਈ, ਇਹ ਅੱਜ ਇਹਨੇ ਮਸਾ ਮਾੜਾ ਜਿਹਾ ਪਾਣੀ ਪੀਤਾ ਕਰ, ਨਹੀਂ ਪਾਣੀ ਜਿਹੜਾ ਪੀਂਦੀ ਆ। ਛੁੱਟੀਆਂ ਜਾਵੇਂਗੀ ਪੱਕਾ, ਵਾਅਦਾ ਕਰਕੇ ਜਾ, ਤੂੰ ਆਵੇਂਗੀ ਛੁੱਟੀਆਂ 'ਚ, ਓ ਆਵੇਂਗਾ ਭਈਆ ਆਵੇਂਗਾ ਆਵੇਂਗਾ, ਉਹਦਾ ਤਾਂ ਪਤਾ ਨਹੀਂ ਆ ਪੱਕੀ ਆਊਗੀ, ਤੂੰ ਰਵੀ ਛੁੱਟੀਆਂ ਜਾਵੇਂਗਾ, ਇਹ ਤਾਂ ਜਾਂਦਾ ਹੀ ਨਹੀਂ, ਇਹ ਆਊਗਾ ਕਿੱਥੇ। ਸੁਣਾ ਕੁਛ ਗੱਲਬਾਤ ਬੇਟੋ, ਉਧਰ ਜਾ ਕਹਿੰਦੀ ਉਹ ਆ ਜਾ ਕਹਿੰਦੀ। ਲਓ ਜੀ ਹੁਣ ਅਸੀਂ ਕਰਨ ਲੱਗਿਆ ਕਮੈਂਟ ਰਿਪਲਾਈ, ਅਤੇ ਜਿਨ੍ਹਾਂ ਨੇ ਸਾਨੂੰ ਕਮੈਂਟ ਕੀਤੇ, ਪਿਆਰ ਬਖਸ਼ਿਆ, ਲਾਈਕ ਦਿੱਤੇ, ਥੈਂਕ ਯੂ ਸੋ ਮਚ, ਸਾਰਿਆਂ ਦਾ ਇੱਦਾਂ ਹੀ ਪਿਆਰ ਦਿੰਦੇ ਰਹੋ ਹੈ ਨਾ। ਅਤੇ ਮੋਹਨ ਸਾਹਿਬ ਕਮੈਂਟ ਰਿਪਲਾਈ ਕਰਨ ਲੱਗੇ। ਹਾਂਜੀ ਸਰਬਜੀਤ ਕੌਰ, ਫਾਸਟ ਫੂਡ ਬਾਹਰੋਂ ਖਾਣਾ ਘੱਟ ਕਰੋ ਤੁਸੀਂ ਸਾਰੇ ਵੀਰੇ। ਹਾਂਜੀ ਹੁਣ ਅਸੀਂ ਘੱਟ, ਹੁਣ ਸਾਨੂੰ ਅਕਲ ਆ ਗਈ, ਬਿਮਾਰ ਹੋਈ ਅਸੀਂ ਘੱਟ ਕਰਦਾ, ਆਪਾਂ ਤਾਂ ਬਿਮਾਰ ਹੈ, ਘੱਟ ਖਾਂਦੇ ਹਾਂ, ਬਾਹਰੋਂ ਘੱਟ ਕਰਦਾ ਆਪਾਂ ਖਾਣਾ। ਪਵਨ, ਬਾਹਰ ਦਾ ਖਾਣਾ ਛੱਡ ਦਿਓ, ਸਭ ਠੀਕ ਹੋ ਜੂ, ਜਿੱਥੇ ਵੀ ਤੁਸੀਂ ਬਾਹਰ ਜਾਂਦੇ ਹੋ ਕੁਛ ਨਾ ਕੁਛ ਖਾ ਕੇ ਹੀ ਆਉਂਦੇ ਹੋ, ਫਾਸਟ ਫੂਡ ਸਿਹਤ ਲਈ ਬੜਾ ਹੀ ਨੁਕਸਾਨ ਕਰਦਾ। ਹਾਂਜੀ ਪਵਨ ਠਾਕੁਰ ਜੀ, ਹੁਣ ਤੁਸੀਂ ਦੇਖ ਲਿਆ ਹੋਣਾ ਪਿਛਲੇ ਵਲੋਗਾਂ ਦੇ ਵਿੱਚ, ਹੁਣ ਆਪਾਂ ਜਿੱਥੇ ਵੀ ਜਾ ਰਹੇ ਹਾਂ ਆਪਾਂ ਕੁਝ ਨਹੀਂ ਖਾ ਰਹੇ, ਕੁਝ ਨਹੀਂ ਖਾ ਰਹੇ, ਕੁਝ ਵੀ ਜੂਸ ਹੀ ਪੀ ਰਹੇ ਹਾਂ, ਜੂਸ ਫਾਸਟ ਫੂਡ ਪਰ, ਜੂਸ ਵੀ ਕੀ, ਫਲ ਵੀ ਕੀ, ਸਾਰੇ ਉਹਦੇ ਨਾਲ ਹੀ ਪਕਾਏ ਜਾਂਦੇ ਆ ਇਹ।
ਮਸਾਲਿਆਂ ਮਸੂਲਿਆਂ ਨਾਲ। ਹਰਜੀਤ ਕੌਰ ਕਿੰਨਾ ਸੋਹਣਾ ਕਾਕਾ ਆਇਆ ਅੱਜ ਤੁਹਾਡੇ ਘਰ, ਬੁੜੀ ਆਈ ਸੀ ਉਹ ਦੀਦੀ ਹੁਣੇ ਮਿਲਣ। ਅੱਛਾ ਅੱਛਾ ਉਹ ਵਾਲੇ ਪ੍ਰਿੰਸ ਨਜ਼ਰ ਹੀ ਹੋ ਗਈ ਹੈ ਛੋਟੀ ਨੂੰ, ਨਜ਼ਰ ਲੱਗ ਗਈ ਛੋਟੀ ਨੂੰ। ਹਾਂ ਕਈ ਜਣੇ ਕਹਿੰਦੇ ਬਹੁਤ ਹੀ ਨਜ਼ਰ ਲੱਗ ਗਈ। ਚਰਨਜੀਤ ਕੌਰ ਜਦੋਂ ਇਨਸਾਨ ਠੀਕ ਨਾ ਹੋਵੇ ਕੁਝ ਵੀ ਦਿਲ ਨਹੀਂ ਕਰਦਾ, ਕਰਨ ਨੂੰ ਛੋਟੀ ਦਾ ਫੇਸ ਤੋਂ ਹੀ ਪਤਾ ਲੱਗਦਾ ਜ਼ਿਆਦਾ ਸਹੀ ਨਹੀਂ। ਹਾਂਜੀ ਉਹ ਠੀਕ, ਪਰ ਹੁਣ ਆਪਾਂ ਨਾ ਟ੍ਰਿਪ ਲਗਾ ਰਹੇ ਹਾਂ, ਕਾਫੀ ਫਰਕ ਆ ਪਹਿਲਾਂ ਨਾਲੋਂ। ਤੇ ਬਾਕੀ ਹੋਰ ਗੱਲ ਆ, ਲਿਵਰ ਦੀ ਜਿਹੜੀ ਇਨਫੈਕਸ਼ਨ ਆ ਨਾ ਉਹ ਵੱਧਦੀ ਇਕਦਮ ਆ ਪਰ ਘਟਦੀ ਹੌਲੀ ਹੌਲੀ ਆ। ਇਹ ਘੱਟੋ ਘੱਟ 20-25 ਦਿਨ ਮਹੀਨਾ ਵੀ ਲੱਗ ਜਾਂਦਾ ਇਸ ਚੀਜ਼ ਨੂੰ। ਇਹ ਨਹੀਂ ਹੈਗਾ ਵੀ ਜਦ ਲਿਵਰ 'ਚ ਇਨਫੈਕਸ਼ਨ ਹੋ ਗਈ ਤਾਂ ਇਕਦਮ ਹੀ ਘਟੂ, ਇਕਦਮ ਨਹੀਂ ਘਟਦੀ ਹੈਗੀ, ਹੌਲੀ ਹੌਲੀ ਠੀਕ ਹੁੰਦਾ ਹੁੰਦਾ ਹੈਗਾ। ਹੋਰ ਕੁਛ ਮੋਹਨ ਸਾਹਿਬ, ਤੁਹਾਡੇ ਛੋਟੇ ਹੁੰਦੇ ਤਾਂ ਨਿਕਲੀ ਨਹੀਂ ਹੈਗੀ? ਇਹ ਕਹਿੰਦੇ ਲਾਈਫ ਦੇ ਵਿੱਚ ਇੱਕ ਵਾਰ ਹੀ ਨਿਕਲਦੀ ਆ। ਲਾਈਫ ਦੇ ਵਿੱਚ ਇੱਕ ਵਾਰ ਸਾਰਿਆਂ ਦੇ ਨਿਕਲਦੀ ਨਿਕਲਦੀ ਜ਼ਰੂਰ। ਮੇਰੇ ਵੀ ਨਿਕਲ ਕੇ ਹਟ ਗਈ ਆ ਵੈਸੇ। ਪਵਨ ਦੇ ਬੋਏ ਉਹਨਾਂ ਸਾਰਿਆਂ ਦੇ ਛੋਟੇ ਹੁੰਦੇ ਨੇ, ਪਰ ਇਹ ਚੀਜ਼ ਛੋਟੇ ਹੁੰਦੇ ਨਿਕਲ ਜੇ ਵਧੀਆ ਰਹਿੰਦੀ ਆ। ਪਰ ਮੈਨੂੰ ਕਿਹੜਾ ਇੰਨਾ ਤੰਗ ਕੀਤਾ? ਹਾਂ ਪਰ ਤੁਹਾਨੂੰ ਤੰਗ ਤਾਂ ਨਹੀਂ ਕੀਤਾ? ਹਾਂ ਪਵਨ ਦੇ ਆਏ ਜੋ ਨਿਕਲੀ ਸੀ ਉਹ ਤਾਂ ਬਹੁਤ ਵਿਚਾਰੀ ਹੁੰਦੀ, ਪਰ ਮੇਰੇ ਆਹ ਗਲੇ ਦੀ ਹੋਈ ਹੈ ਜ਼ਿਆਦਾ, ਬਾਹਾਂ ਤੇ ਬਸ ਬਾਕੀ ਨਹੀਂ। ਨਹੀਂ ਕਿੰਨਾ ਮੋੜ ਪੈ ਗਿਆ। ਠੀਕ ਆ, ਮੈਂ ਪਾਣੀ ਵੀ ਜ਼ਿਆਦਾ ਪੀ ਰਹੀ। ਹਾਂ ਦਵਾਈ ਦਾ ਕਮਾਲ ਹੈਗਾ ਕਿ ਨਾ ਇੰਜੈਕਸ਼ਨ ਵਗੈਰਾ ਲਾਦੇ ਆ, ਪਰ ਸਵੇਰੇ ਸ਼ਾਮ ਲੱਗਦੇ ਆ ਇੰਜੈਕਸ਼ਨ। ਤੇ ਜੇ ਕਿਸੇ ਨੂੰ ਹੋਏ ਵੀ ਪਿੰਡ ਘਨੌਰ ਖੁਰਦ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਆ। ਤੇ ਹੁਣ ਛੋਟੀ ਨੂੰ ਕੁਛ ਫਰਕ ਆ ਪਹਿਲਾਂ ਨਾ, ਤੇ ਹੁਣ ਆਪਾਂ ਛੋਟੀ ਨੂੰ ਬਣਾ ਕੇ ਪਿਆਉਣਾ ਸੂਪ। ਕੀ ਆ ਦਾ ਸੂਪ? ਲੋਕੀ ਸੂਪ ਕਹਿੰਦੇ ਨੇ, ਆਪਾਂ ਬਣਾਇਆ ਨੀ ਪਰ ਫਸਟ ਟਾਈਮ ਟਰਾਈ ਕਰਦੇ ਆ, ਕਿਉਂਕਿ ਹਾਲੇ ਇਹਨੂੰ ਮਤਲਬ ਖਾਣ ਪੀਣ ਨੂੰ ਖਾਣ ਨੂੰ ਦੇ ਲਿਕੁਇਡ ਜ਼ਿਆਦਾ ਦੇਣਾ, ਖਾਣ ਨੂੰ ਦੇਣਾ ਨਹੀਂ ਹੈਗਾ, ਤਾਂ ਕਰਕੇ ਇਹਨੂੰ ਪੀਣ ਨੂੰ ਜ਼ਿਆਦਾ ਦੇਣਾ ਆਪਾਂ ਨੇ। ਤੇ ਹੁਣ ਇਹ ਪਈ ਆ ਇੱਧਰ। ਹਾਂ ਬਣ ਓਏ ਬਣੇ, ਸਾਰਿਆਂ ਨੇ ਕਮੈਂਟ ਕਰਕੇ ਬੋਲ ਦਿੰਦੇ ਵੀ ਦੀਦੀ ਕਿੱਦਾਂ, ਹੁਣ ਦੱਸ ਕਿੱਦਾਂ ਹੈ, ਫਰਕ ਆ ਪਹਿਲਾਂ ਨੂੰ? ਦੁਖਦਾ ਹੱਥ? ਕਹਿੰਦੇ ਤੇ ਹੱਸਦੀ ਹੈ ਵਿਚਾਰੀ ਦੀ ਰੋਡ ਬੂਰਤ ਬੂਤੀ। ਕੀ ਕਹਿੰਦੀ ਦੀਦੀ ਤੂੰ ਮੁੜ, ਮੈਨੂੰ ਤਾਂ ਨਜ਼ਰ ਲਾ ਦੀ, ਕੌਣ ਮਗਰ ਪਈ ਸੀ ਤੇਰੇ? ਦੱਸੀ ਕੀ ਕਹਿੰਦੇ ਨੇ ਤੇਰੇ ਨੇੜੇ, ਤੇਰੇ ਕਮੈਂਟ ਆਏ ਤੀ ਕਿ ਦੱਸੀ? ਇਹੀ ਵੀ ਪੜ੍ਹਦੀ ਦੀਦੀ ਦੇ ਕਮੈਂਟ, ਕੀ ਆਏ ਤੇ ਕਮੈਂਟ ਦੱਸੀ ਇੱਕ? ਕਹਿੰਦੇ ਸਾਰਾ ਦਿਨ ਇਹਨਾਂ ਦੇ ਨਾਲ ਹੀ ਤੁਰੀ ਰਹਿੰਦੀ ਆ, ਪੱਲੇ ਨਹੀਂ ਛੱਡਦੀ। ਪਤਾ ਨਹੀਂ ਕਿਸੇ ਦਾ ਕਮੈਂਟ ਹੈ, ਉਹ ਇਹ ਉਹੀ ਕਮੈਂਟ ਰੀਡ ਕਰਦੀ, ਸਾਨੂੰ ਤਾਂ ਪਤਾ ਨਹੀਂ। ਇੱਕ ਕਮੈਂਟ ਆਉਂਦਾ ਹੁੰਦਾ ਸੀਗਾ ਵੀ ਸਾਰਾ ਦਿਨ ਮਤਲਬ ਦੀ ਭਾਬੀ ਦੇ ਭਾਈ ਦੇ ਨਾਲ ਹੀ ਰਹਿੰਦੀ, ਇਹਨਾਂ ਨੂੰ ਇਕੱਲੇ ਨਹੀਂ ਛੱਡਦੀ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਮਿੱਤਰੋ, ਜਿਹੜਾ ਸਾਡੀ ਕੁੜੀ ਬਿਮਾਰ ਕਰਦੀ ਪਰ ਜਿਹੜਾ ਮਤਲਬ ਇੰਜੋਏਮੈਂਟ ਉਹ ਆਪਦੇ ਘਰੇ ਰਹਿ ਕੇ ਕਰ ਜੂ, ਕੀ ਪਤਾ ਅਗਲੇ ਕਿਹੋ ਜਿਹੇ ਮਿਲ ਲੈਣਾ ਉਹਨੇ, ਤੁਹਾਨੂੰ ਤਾਂ ਚੱਲ ਚੰਗਾ ਮਿਲ ਗਿਆ। ਭਾਈ ਛੋਟੀ ਨੂੰ ਗਲਤ ਨਾ ਬੋਲਿਆ ਕਰੋ, ਵਿਚਾਰੀ ਨੂੰ ਹਨਾ ਕੀ ਬੋਲ ਲੈਣ ਦਿਓ, ਅਸੀਂ ਉਹਨੂੰ ਤਾਂ ਨਾਲ ਘੁਮਾਉਣੇ ਹੈਗੇ, ਚੱਲ ਉਹ ਵੀ ਵਿਚਾਰੀ ਘੁੰਮ ਫਿਰ ਲੈਂਦੀ ਹੈਗੀ, ਜਦੋਂ ਵਿਆਹ ਹੋ ਗਿਆ ਅੱਗੇ ਜਾ ਕੇ ਉਹਨੂੰ ਕਿਹੋ ਜਿਹਾ ਟੱਕਰਨਾ, ਪਤਾ ਨਹੀਂ ਘੁੰਮਣ ਦੇਣਗੇ ਪਤਾ ਨਹੀਂ, ਨਹੀਂ ਹੈਣਾ ਵੀ ਮੁੰਨੇ। ਸਹੀ ਗੱਲ ਆ ਨਾ, ਇੰਜੋਏਮੈਂਟ ਜ਼ਰੂਰੀ ਹੈ ਨਾ। ਅਤੇ ਬਾਕੀ ਅਸੀਂ ਫਰਕ ਨਹੀਂ ਕਰਦੇ ਹੈਗੇ ਉਹਦੇ ਨਾਲ, ਨਾ ਤਾਂ ਮੋਹਨ ਸਾਹਿਬ ਕਰਨ, ਤੁਸੀਂ ਕਰਦੇ ਹੋ ਹੈ? ਨਹੀਂ ਤੁਹਾਡੀ ਕੀ ਨਣਦ ਆ ਕੀ ਹੈ? ਹੈਂ ਕੀ ਆ ਤੁਹਾਡੀ ਨਣਦ? ਇਹਨਾਂ ਨੂੰ ਪਤਾ ਹੀ ਨਹੀਂ ਕੀ ਭੈਣੀ ਆ ਮੇਰੀ। ਅੱਛਾ ਲੈ ਲੋੜ ਆ ਗਿਆ ਬੂਹ ਨੂੰ ਪੋਤਿਆਂ ਦੀ। ਉਹ ਤੁਸੀਂ ਬੀਬੋ ਭੂਆ ਦੇਖੀ ਛੋਟੇ ਹੁੰਦੇ ਨੇ? ਬੀਬੋ ਭੂਆ ਨੀ ਦੇਖੀ? ਕਿਹੜੀ ਬੀਬੋ ਭੂਆ? ਫਿਲਮਾਂ ਚ ਆਉਂਦੀ ਸੀ ਬੀਬੋ ਭੂਆ ਹਾਸੀ ਵਾਲੀ,
ਤੁਹਾਡੇ ਪਤਾ ਹੀ ਨਹੀਂ ਹੋਣਾ ਵੀ ਬੱਬੂ ਆ ਗਈ ਹੁਣ ਆ ਗਈ ਲਵਾਲੇ ਹੈ ਖਾਜ ਕੀਤੀ ਹੈਨੀ ਤੈਨੂੰ ਪਤਾ ਨਹੀਂ ਲੱਗਦਾ ਹੈਗਾ ਦੇਖੋ ਗੱਡੀ ਉਹਨੇ ਲੈਣ ਮਰਵਾਈ ਦੇਖੋ ਕੈਸਾ ਹੈ ਕਮੈਂਟ ਆਏ ਤੇ ਕਹਿੰਦੇ ਮੰਮੀ ਨੂੰ ਕਹਿ ਦੋ ਵੀ ਟੈਨਸ਼ਨ ਨਾ ਕਰੇ ਛੋਟੀ ਹੋ ਜੂ ਠੀਕ ਟੈਨਸ਼ਨ ਨਾ ਕਰੋ ਹੌਲੀ ਹੌਲੀ ਠੀਕ ਹੋ ਜਾਣੀ ਬਹੁਤ ਪਿਆਰ ਦੇ ਰਹੇ ਨੇ ਮੰਮੀ ਜਿਉਂਦੇ ਵਾਦੇ ਰਹਿਣ ਸੀਸਾਂ ਦੇ ਰਹੇ ਨੇ ਵਿਚਾਰਿਆਂ ਨੇ ਇੰਨਾ ਸਾਡਾ ਅਰਦਾਸਾਂ ਕਰ ਰਹੇ ਨੇ ਵੀ ਛੋਟੀ ਜਲਦੀ ਠੀਕ ਹੋ ਜੇ ਵੱਡੀ ਸਾਰੀ ਉਮਰ ਵਾਲੇ ਹੋਣ ਵਿਚਾਰੇ ਤੇ ਮੰਮੀ ਇੱਕ ਹੋਰ ਡਾਇਲੌਗ ਮਾਰਦੇ ਜਿਹੜੇ ਘਰੇ ਆਉਂਦੇ ਨੇ ਕੀ ਕਹਿੰਦੇ ਨੇ ਮੰਮੀ ਉਹਨਾਂ ਨੂੰ ਰਿਸ਼ਤੇਦਾਰ ਆਪਣੇ ਉਹੀ ਨੇ ਸਾਡੇ ਘਰ ਮੰਮੀ ਕਹਿੰਦੇ ਜਿਹੜੇ ਸਾਨੂੰ ਘਰੇ ਮਿਲਣ ਆਉਂਦੇ ਨੇ ਜਿਹੜੇ ਆਪਣੀ ਵੀਡੀਓ ਦੇਖਦੇ ਨੇ ਸਾਡਾ ਤਾਂ ਉਹੀ ਰਿਸ਼ਤੇਦਾਰ ਪਹਿਲਾਂ ਮੈਂ ਥੋੜੀ ਜੀ ਬਣਾਉਂਗੀ ਇੰਨੀ ਕੁ ਕੱਟ ਕੇ ਪਹਿਲੇ ਹੀ ਬਣਾਉਣੀ ਪਤਾ ਨਹੀਂ ਨਾ ਬਣਾਈ ਫਿਰ ਥੋੜੀ ਬਣਾ ਦੋ ਹਾਂ ਭਈ ਆਪਣੇ ਦਾਲ ਮੂੰਗੀ ਜਿਹੜੀ ਨੂੰ ਬਣਾਈ ਤੇ ਉਸ ਦਿਨ ਤੜਕਾ ਡੈਡੀ ਉਧਰ ਗਏ ਲਓ ਜੀ ਚੁੱਲ੍ਹੇ ਦੇ ਤਿਆਰੀ ਉੱਪਰ ਮੌਸਮ ਵੀ ਖਰਾਬ ਆ ਰੱਬਾ ਮੀਂਹ ਨਾ ਪਾਈ ਹੱਥ ਬੰਨ ਕੀ ਬੇਨਦੇ ਸਾਡੇ ਤੇ ਚਾਦਰਾਂ ਵੀ ਚੋਂਦੀਆਂ ਨੇ ਜੇ ਮੰਮੀ ਉਦਾਂ ਦਾ ਕਣਕ ਵੀ ਇਹਨਾਂ ਰੱਬ ਨਾ ਮੀਂਹ ਪਾਵੇ ਹੋਰ ਕਣਕਾਂ ਵੀ ਪੱਕੀਆਂ ਪਈਆਂ ਨੇ ਫਿਰ ਨੁਕਸਾਨ ਹੋ ਸਹੀ ਗੱਲ ਆ ਜੇ ਜ਼ਿਮੀਦਾਰਾਂ ਦੇ ਕਣਕ ਹੋਊਗੀ ਤਾਂ ਹੀ ਅਸੀਂ ਮੁੱਲ ਲਵਾਂਗੇ ਮੀਂਹ ਨਾ ਪਾਈ ਰੱਬਾ ਧਿਆਨ ਰੱਖੀ ਮੰਮੀ ਐਤਕੀ ਜੇ ਆਪਾਂ ਚਾਦਰਾਂ ਦੇ ਉੱਪਰ ਕਾਗਜ਼ ਪਾ ਦੇ ਜਿਹੜੇ ਚੋਣ ਹੀ ਨਾ ਹੈ ਕਾਹਨੂੰ ਐਵੇਂ ਜਲੂਸ ਕੱਢਦਾ ਜਲੂਸ ਕੀ ਆ ਕਾਗਜ਼ ਪਾ ਦੇਣਾ ਚੋਇਆ ਨਹੀਂ ਕਰਨੀਆਂ ਥੱਲੇ ਵੀਹ ਗਣੀ ਚੌਖਾ ਹੋ ਜਾਂਦਾ ਕੱਲੂ ਲਿਆਵਾਂਗੇ ਪਿਆਜ ਪਿਆਜ ਵੀ ਮੁੱਕ ਗਈ ਪਿਆਜ ਮੁੱਕ ਗਏ ਆ ਬਿਮਾਰੀ ਜੀ ਘਰ ਚ ਕਿਸੇ ਦੇ ਤਾਂ ਨਾ ਹੀ ਬੜੇ ਇੱਕ ਪਿਆਜ ਹੀ ਚਾਹੀਦਾ ਦੋ ਪਿਆਜ ਨੇ ਮੰਮੀ ਆ ਨਿੱਕੇ ਨਿੱਕੇ ਜੇ ਹੈਗੇ ਟੋਟਰੂ ਜੇ ਛੋਟੀ ਬਿਮਾਰ ਕਾਹਦੀ ਹੋ ਗਈ ਸਾਰਾ ਸਿਸਟਮ ਜਿਹਾ ਹੀ ਹਿਲਾਤਾ ਉਹਨੇ ਤਾਂ ਇਹਦੇ ਉੱਚੀ ਕਹਿੰਦਾ ਤੂੜੀ ਵੀ ਨਹੀਂ ਲਿਆਤੀ ਗਈ ਤੂੜੀ ਉਹ ਕਿੰਨੇ ਦਿਨ ਹੋ ਗਏ ਉਹ ਤਾਂ ਮੋਢਾ ਦੁਖਦਾ ਇੰਨਾ ਨਹੀਂ ਹੁਣ ਅੱਜ ਕੀ ਤਾਂ ਚੱਕ ਕੇ ਲਿਆਤੀ ਜਾਂਦੀ ਆ ਤੂੜੀ ਕਣੀ ਵੀ ਔਖਾ ਹੋ ਜੀ ਥੋੜਾ ਜਿਹਾ ਖੁੰਨਾ ਆਪਣੇ ਤਾਂ ਕਣਕ ਜੀ ਓਕੇ ਕੋਈ ਨਹੀਂ ਕਣਕ ਤਾਂ ਲੈ ਲੈਣੀ ਮੁੱਲ ਹੁਣ ਉਹ ਥੈਲੀ ਲਿਆਉਣੀ ਪਊ ਹੈ ਨਹੀਂ ਕਣਕ ਜਮਾ ਵੀ ਖਾਲੀ ਹੋ ਗਿਆ ਟੋਲ ਜਮੀ ਜਮੀ ਉਹ ਉਹਦੇ ਜਿਹੜਾ ਹੈਗਾ ਤੇ ਚਾਰ ਕੁ ਪਸੇਰੀਆਂ ਪਿਆ ਲੀਆਂ ਜਿਹੜਾ ਪਿਆ ਆਟਾ ਮੁੱਲ ਲੈ ਕੇ ਆਉਣਾ ਚਲ ਕੋਈ ਨਹੀਂ ਐਤਕੀ ਸਰਕਾਰ ਨੇ ਘੱਟ ਵੰਡੀ ਆ 45 ਕਿਲੋ ਖਾ ਗਏ ਹੋਰ ਕਣਕ ਕਿਹੜੀ ਸੀ 50 ਕੁ ਕਿਲੋ ਇਹਦੀ ਸ਼ਿਕਾਇਤ ਹੀ ਨਹੀਂ ਕਰਦਾ ਕੋਈ 50 ਕੁ ਕਿਲੋ ਕਣਕ ਦਿੱਤੀ ਆ 5 ਜੀਆਂ ਦੀ ਸਾਡੀ ਦੋ ਵਾਰੀ ਉੱਥੇ ਦਫ਼ਤਰ ਚ ਕਹਿਤਾ ਕਣਕ ਹੀ ਦਿੰਦੇ ਹੁਣ ਕੀ ਵੀ ਉਹ ਕਬਲਾ ਕਰਦਾਗਾ ਆ ਹੁਣ ਆ ਹੁਣ ਨਹੀਂ ਹਜੇ ਮੇਲੀ ਸਾਰੇ ਪਿੰਡੀ ਪਿੰਡੀ ਮਿਲ ਗਈ ਮੈਨੂੰ ਆਏ ਦੀ ਮਹਾ ਲੈਵੇ ਲੱਗ ਜੂ ਕਿਸੇ ਦੀ ਮਜਬੂਰੀ ਨਹੀਂ ਦੇਖਦੇ ਵੀ ਜਦ ਤੁਸੀਂ ਕਿਹੜਾ ਘਰੋਂ ਦੇਣੀ ਦੇ ਦਿਓ ਬਸ ਵੰਡ ਦਿਓ ਚਲ ਕੋਈ ਨਹੀਂ ਪਿਛਲੀ ਵਾਰ ਕਿੰਨੇ ਕਮੰਟ ਲੈਤੇ ਤੇ ਕਣਕ ਦੇ ਢੋਲ ਭਰ ਗਿਆ ਦੀ ਆ ਕਿੰਨੇ ਕਮੰਟ ਲੈਤੇ ਤੇ ਪਿਛਲੀ ਵਾਰ ਚਾਰ ਹੀ ਫਿਰ ਐਤਕੀ ਵੱਧ ਲੈ ਲਿਓ ਪੰਜ ਇਹਦੇ ਵਿੱਚ ਬਸ ਕੱਲਾ ਆਪਾਂ ਪਿਆਜ਼ ਪਾ ਦਿੱਤਾ ਸੀ ਹਰੀ ਮਿਰਚ ਪਾਤੀ ਹਾਂ ਤੇ ਕੀ ਆ ਪਾਤੀ ਬਸ ਉਹਨੇ ਸੀਟੀਆਂ ਲਗਾ ਲੈਣੀਆਂ ਪੈਸੇ ਲਾਉਣੇ ਨੇ ਜਿੰਨੇ ਮਰਜ਼ੀ ਲਾਈ ਜਾ ਬਚ ਗ੍ਰੈਂਡ ਕਰ ਲਿਓ ਹੁਣ ਹੌਲੀ ਹੌਲੀ 10 11 ਦਿਨ ਤਾਂ ਇਹਨੂੰ ਲੱਗਣਗੇ ਨਾ ਫਿਰ ਆ ਗਿਆ ਮੰਮੀ ਦਾ ਫੋਨ ਮੰਮੀ ਪਤਾ ਨਹੀਂ ਕਿਹਨੇ ਸੋਚੀ ਕੱਲ ਨਹੀਂ ਨਾ ਕਰਵਾਈ ਉਹਨਾਂ ਨੇ ਟਰੈਕਟਰ ਕਰੀ ਪਰਸੋਂ ਮੰਮੀ ਮਾਮੀ ਨਾਲ ਮਾਰਦੀ ਗੱਲਾਂ ਹਾਲ ਚਾਲ ਪੁੱਛਦੀ ਮਾਮੀ ਸੀਟੀ ਉਹ ਤਾਂ ਟੱਕਣ ਦਾ ਦੋ ਫੇਰੀ ਸੀਟੀ ਮਾਰੂ ਕਿੱਦਾਂ ਹੀ ਮਾਰ ਦੇ ਤਾਂ ਸ਼ੂਟਾ ਮਾਰੂ ਇੱਧਰ ਡੈਡੀ ਛੋਟੀ ਆ ਲੱਤਾਂ ਘੁੱਟਣ ਲੱਗਿਆ ਲੱਤਾਂ ਦੁੱਖਣ ਲੱਗ ਗਈਆਂ ਹੈਂ ਬੁਖਾਰ ਤਾਂ ਨਹੀਂ ਮੈਂ ਤੈਨੂੰ ਹੈਂ
ਉਹਦਾ ਹੁਣ ਤੈਨੂੰ ਬਹੁਤ ਵੀਕਨੈਸ ਹੋ ਗਈ ਨਾ ਉਹਦੇ ਕਰਕੇ ਆਗਾ ਲੱਤਾਂ ਦੁਖਦੀਆਂ ਵੀਕਨੈਸ ਹੋ ਗਈ ਹੈ ਫਰੂਟੀ ਪਈ ਆ ਫਰੂਟੀ ਪੀ ਲਾ ਥੋੜ੍ਹੀ ਜਿਹੀ ਥੋੜ੍ਹਾ ਥੋੜ੍ਹਾ ਪੀ ਚੱਲਣਾ ਨਾਲ ਲਿਆ ਕੇ ਦੋ ਕਿੱਥੇ ਪੀ ਫਰਿੱਜ 'ਚ ਪੀਣ ਜਿਹੜੀ ਕਿੱਥੇ ਪੀ ਉਹਨੇ ਤੈਨੂੰ ਦਿੱਤੀ ਤਾਂ ਹੈਗੀ ਪੀਣ ਉਹਦਾ ਖਤਮ ਹੋ ਗਈ ਪੀ ਲਈ ਨਹੀਂ ਹੁਣ ਤਾਂ ਤੈਨੂੰ ਫਰਕ ਆ ਨਾ ਪਹਿਲਾਂ ਨੂੰ ਤਕਲੀਫ ਕੀ ਆ ਹੋਰ ਜੋ ਕੋਈ ਤਕਲੀਫ ਹੈਗੀ ਫਿਰ ਦੱਸ ਦਿੰਦੀ ਦਿਖਾਏ ਹੋਣੇ ਹੈ ਉਹ ਠੀਕ ਹੋ ਜਾ ਪਰ ਲਵਾ ਲਾ ਕੱਲ ਦਾ ਦਿਨ ਹੋਰ ਲਵਾ ਲਾ ਹੈ ਆ ਕੇ ਮੈਨੂੰ ਨਾਲ ਕਾਲੀ ਹੋਈ ਵੀ ਇਹ ਵੀ ਦੁਖਦੀ ਹੈ ਤੇਰੇ ਨਾੜ ਹੀ ਨਹੀਂ ਲੱਭੀ ਉਹਨਾਂ ਨੂੰ ਦੱਸ ਇਹ ਤਾਂ ਇਹਨੇ ਨੌ ਲਵਾ ਲਿਆ ਇਹ ਨਾੜ ਥੋੜੀ ਹੈ ਐ ਉਹ ਆਰਸ ਦੇ ਕੋਲ ਕੀ ਉਹਦੇ ਵਿੱਚ ਪੀ ਆਉਣਾ ਮੰਮੀ ਕੱਟ ਰਹੀ ਹੈ ਤੜਕੇ ਕਿਹਨੂੰ ਲਾਉਣਾ ਦਾਲ ਮੂੰਗੀ ਦਾਲ ਅਸੀਂ ਤਾਂ ਖਾਵਾਂਗੇ ਦਾਲ ਇਹ ਕਿੱਦਾਂ ਨੂੰ ਛੋਟੀ ਵਾਸਤੇ ਬਣਾਈ ਸੀ ਸਵੇਰੇ ਫਿੱਕੀ ਉਹਨੇ ਖਾਧੀ ਨੀ ਤੇ ਹੁਣ ਉਹਦੇ ਵਾਸਤੇ ਬਣਾਉਣਾ ਘੀਆ ਦਾ ਸੂਪ ਘੀਆ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਚ ਉਬਾਲ ਲਿਆ ਇਹ ਚ ਪਿਆਜ਼ ਪਾ ਤੇ ਬਸ ਹੁਣ ਇਹ ਚ ਮਿਕਸ ਹੀ ਫਿਰ ਕੇ ਇਹਨੂੰ ਕਰ ਦੇਣਾ ਗ੍ਰੈਂਡ ਫਿਰ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਤੜਕਾ ਲਗਾ ਦੇਣਾ ਲਓ ਜੀ ਹੁਣ ਅਸੀਂ ਗ੍ਰੈਂਡ ਕਰ ਰਹੇ ਹਾਂ ਸੂਪ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਗ੍ਰੈਂਡ ਕਰਨਾ ਹੁੰਦਾ ਹੈ ਹਾਂ ਸੂਪ ਬਣੀ ਘੀਆ ਨੂੰ ਪਹਿਲਾਂ ਚੰਗੀ ਤਰ੍ਹਾਂ ਉਬਾਲ ਲਿਆ ਤੇ ਹੁਣ ਗ੍ਰੈਂਡ ਕਰਕੇ ਦੇ ਰਹੇ ਹਾਂ ਚੜ ਗਿਆ ਬੁਖਾਰ ਇਹ ਬੁਖਾਰ ਦਾ ਨਵੀਂ ਪੰਗਾ ਛੱਡ ਗਿਆ ਨਾ ਕੀ ਹੋ ਗਿਆ ਹੈ ਠੰਡ ਲੱਗਦੀ ਆ ਕੱਪੜਾ ਦੇ ਜਿਹੜੀ ਉੱਪਰ ਇਹਦੇ ਮੈਂ ਤੇਰੇ ਪਾਣੀ ਪੁੱਟੀਆਂ ਧਰਦਾ ਸਿਰ ਤੇ ਛੇਤੀ ਉੱਤਰ ਜੂਗਾ ਮੈਂ ਧਰਦਾ ਲੋ ਵੀ ਇਹਦੇ ਪਾਣੀ ਪੱਟੀਆਂ ਧਰਦੀ ਆਪਾਂ ਇਹਨੂੰ ਬੁਖਾਰ ਬਹੁਤ ਤੇਜ਼ ਚੜ ਗਿਆ ਛੋਟੀ ਨੂੰ ਤੂੰ ਤੈਨੂੰ ਟਕਾਈ ਨਹੀਂ ਆਉਂਦੀ ਲਾਈਵ ਮਿੱਤਰ ਨੂੰ ਧਰਦੀ ਆ ਪਾਣੀ ਪੱਟੀਆਂ ਆਪਾਂ ਸਗੂ ਸਾਡੀ ਮੈਡਮ ਧੱਕੇ ਨਾਲ ਆਈ ਗਈ ਅੰਦਰ ਅੱਜ ਉਹ ਚੰਗੀ ਭਲੀ ਦਿੰਦੇ ਨੇ ਹਾਂ ਦਿਨੇ ਤਾਂ ਸਹੀ ਰਹੀ ਹੈ ਬਿਲਕੁਲ ਹੁਣ ਇਹ ਬੁਖਾਰ ਚੜਿਆ ਇਹਦੇ ਬੋਤਲ ਨਾ ਤਾਰੇ ਕਰੋ ਲਗਾ ਕੇ ਰੱਖਿਆ ਕਰੋ ਬੋਤਲ ਨਾ ਡੇਢ ਹੀ ਲਈ ਆ ਦੋ ਇੱਕ ਹੋਰ ਨਾ ਹੋਣੀ ਦੀ ਰਵੀ ਡੀ ਐਨਐਸ ਜਿਹੜਾ ਫ੍ਰਿਜ ਉੱਪਰ ਰੱਖਿਆ ਫ੍ਰਿਜ ਇਹ ਹੋਰ ਐਸ ਵਾਲੇ ਪਾਣੀ ਦੋ ਦੂਜਾ ਸਿੰਪਲ ਪਾਣੀ ਨਾ ਦੋ ਮੰਨੇ ਜਿਹੜਾ ਫ੍ਰਿਜ ਚ ਰੱਖਿਆ ਉਤਲੇ ਉਹ ਆਰ ਐਸ ਦਾ ਪੈਕਟ ਹੈਗਾ ਹਾਂ ਪੈ ਨੇ ਰਵੀ ਪਤਾ ਨਹੀਂ ਕਿੱਥੇ ਕਹਿੰਦਾ ਪੈ ਫਰੂਟੀ ਪੀ ਲੈ ਅਸਾਂ ਮਤ ਤੋ ਜ਼ਿੰਦਾ ਕਰਦਾ ਇਹਦਾ ਬਹੁਤ ਜ਼ਿਆਦਾ ਪਸੀਨਾ ਆ ਜਾਂਦਾ ਕਿਹਦਾ ਆ ਫੜੋ ਮਾਰ ਜੇ ਇਹਦੇ ਬਾਲ ਸੈੱਟ ਕਰੋ ਇਹਦੇ ਗੁੱਤ ਕਰੋ ਇਹਦੀ ਪਹਿਲਾਂ ਕਿੱਥੇ ਕੰਗਾ ਡੋਲੋ ਕਿੰਨੇ ਐਮ ਜੀ ਦੀ ਹੈ 650 ਕੀ ਸਾਰੀ ਦੇਤੀ ਸਾਰੀ ਦੇਤੀ ਮੋਬਾਈਲ ਪਰੇ ਕਰ ਦੋ ਉੱਤੇ ਗੋਡਾ ਰੱਖੀ ਜਾਂਦੇ ਇੰਨਾ ਨਹੀਂ ਮੇਰਾ ਭਾਰ ਜਿਹੜਾ ਤੁਹਾਡਾ ਫੋਨ ਟੁੱਟ ਜਾਏ ਟੁੱਟ ਸਕਦਾ ਗੋਡੇ ਨਾਲ ਰਬੜ ਪੈਣਾ ਲਿਆਂਦਾ ਚੱਕ ਕੇ ਰਬੜਾਂ ਚੱਕ ਲੈਂਦੀਆਂ ਕੁੜੀ ਰਬੜਾਂ ਲੈਂਦੀ ਤੇ ਪਹਿਲਾਂ ਦੀ ਪਈ ਇੱਥੇ ਅੱਛਾ ਰਬੜ ਪੈਣ ਕਿੱਥੇ ਆ ਉਧਰੋਂ ਲਿਓ ਚੱਕ ਕੇ ਕਿਧਰ ਮੇਰੇ ਦੇ ਪ੍ਰਾਂਚ
ਹੋਰ ਇਹਨੂੰ ਅਸੀਂ ਦੋ 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 ਚਾਰ ਦਿਨ ਸੂਪ ਜਿਹਾ ਬਣਾ ਕੇ ਫਲ ਫਰੂਟ ਵਾਲੇ ਮੈਨੂੰ ਇਹਨੂੰ ਦੇਣਾ ਨਹੀਂ ਹੋਣਾ ਕੋਈ ਹੈ ਨਾ ਪਚਣਾ ਨਹੀਂ ਹੈਗਾ ਇੰਨਾ ਜਲਦੀ ਇਹਦੇ ਹੁਣ ਤਾਂ ਉਹ ਠੀਕ ਆ ਤੇਰਾ ਕੁਛ ਫਰਕ ਆ ਪਹਿਲਾਂ ਨੂੰ ਹਾਜ਼ਮ ਤਾਂ ਆਉਣ ਲੱਗ ਗਿਆ ਖਾਧਾ ਪੀਤਾ ਚੱਲ ਹੂੰ ਹੂੰ ਕਰੀਏ ਨਾ ਬੋਲ ਕੇ ਦੱਸ ਨਾ ਨਹੀਂ ਆਇਆ ਫਰੂਟੀ ਵਾਲੇ ਡੱਬੇ ਜੀ ਤੂੰ ਸੂਪ ਪਾ ਦਿੰਦਾ ਰਵੀ ਹੈ ਨਾ ਪੀ ਜਾ ਕੇ ਸਰੂਟੇ ਮਾਰ ਮਾਰ ਕੇ ਬੋਤਲ ਆਈ ਫੜਾ ਦੋ ਕਹਿੰਦਾ ਲਾਓ ਹੀ ਨਾ ਮੈਨੂੰ ਆਈ ਫੜਾ ਦੋ ਫਟਾਫਟ